లైఫ్ रहमानी रहीम अस्सलाम वालेकुम तालिबात ਅੱਜ ਦੇ ਸਾਰੇ ਲੈਕਚਰ ਦਾ ਟਾਪਿਕ ਹੈ ਲੋਕ ਦਾਸਤਾਨ ਸਸੀ ਪੁੰਨੋ ਸਸੀ ਪੁੰਨੋ ਸਰਾਇ ਕੀ ਵਸੀਫ ਦੀ ਇਹ ਦਾਸਤਾਨ ਕੁੱਲ ਪਾਕੋ ਹਿੰਦ ਵਿੱਚ ਮਸ਼ਹੂਰ ਹੈ ਸੂਫੀ ਸ਼ਾਇਰਾ ਅਦੀਬਾਂ ਤੇ ਲਿਖਾਰਿਆਂ ਇਹ ਦਾਸਤਾਨ ਦੇ ਕਿਰਦਾਰਾਂ ਸਸੀ ਤੇ ਪੁੰਨੋ ਕੋ ਆਪਣੇ ਲਿਖਤਾਂ ਦਾ ਮੌਜੂ ਬਣਾਏ ਇਸ ਸਿਲੇਬਸ ਇਸਸੀ ਨੂੰ ਪ੍ਰੋਫੈਸਰ ਸ਼ੌਕਤ ਮਗਲ ਦੇ ਲਿਖੀ ਹੋਈ ਦਾਸਤਾਨ ਹੈ ਪ੍ਰੋਫੈਸਰ ਸ਼ੌਕਤ ਮਗਲ ਦਾ ਅਸਲ ਨਾਮ ਸ਼ੌਕਤ ਹੁਸੈਨ ਹੈ ਤੇ ਇਹਨਾਂ ਦਾ تعلق ਮਲਤਾਨ ਨਾਲ ਹੈ ਇਹਨਾਂ ਨੇ ਕਈ ਕਿਤਾਬਾਂ ਲਿਖੀਆਂ ਜਿੰਦੇ ਵਿੱਚ ਸਰਾਇਕੀ ਅਖਾਣ ਸ਼ੌਕਤ ਉਲੋਗਤ ਗਲੋਸਰੀ ਆਫ ਮਲਤਾਨੀ ਲੈਂਗੁਏਜ ਵਸੇਬੀ ਕਿੱਸੇ ਸਰਾਇ ਸਰਾਇਕੀ ਉਰਦੂ ਲੋਗਤ ਮਲਤਾਨ ਕੋ ਨੂੰ ਪਟਿਆਲੇ ਤਈ ਮਲਤਾਨੀ ਕਹਾਣੀਆਂ ਤੇ ਇਹਦੇ ਨਾਲ ਹੀ ਸਰਾਈ ਕੀ ਨਾਮਾ ਵੀ ਸ਼ਾਮਿਲ ਹੈ ਅੱਛੇ ਤal ਬਾਦ ਅਸਾਂ ਦੇਖੀਏ ਕਿ ਇਹ ਸਸੀ ਪੁੰਨੋ ਦੇ ਨਾਂ ਸਿਰਫ ਇੰਦੇ ਉਤੇ ਕਈ ਜ਼ਬਾਨਾਂ ਵਿੱਚ ਲਿਖੀ ਗਈ ਇਹ ਦਾਸਤਾਨ ਇਹ ਖਿੱਤੇ ਦੇ ਰਹਿਵਣ ਵਾਲਿਆਂ ਦੇ مشترਕਾ تہذیبی عناصر کو بھی نشابور ਕਰਦੀ ਹੈ ਕਿਉਂਕਿ ਇਹ ਦਾਸਤਾਨ ਨਾ ਸਿਰਫ ਸਰਾਇਕੀ ਸਿੰਧੀ ਤੇ ਬਲੋਚੀ ਜ਼ਬਾਨਾਂ ਵਿੱਚ ਮਿਲਦੀ ਹੈ ਬਲਕਿ ਇਹਦਾ ਜ਼ਿਕਰ ਪੰਜਾਬੀ ਕਿਚੀ ਰਾਜਸਤਾਨੀ ਜ਼ਬਾਨਾਂ ਦੇ ਅਦਾ ਵਿੱਚ ਵੀ ਮੌਜੂਦ ਹੈ। ਇਹਦੇ ਇਲਾਵਾ ਇਹ ਦਾਸਤਾਨ ਫਾਰਸੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਜ਼ਬਾਨਾਂ ਵਿੱਚ ਵੀ ਸਾਕੂ ਨਜ਼ਰ ਆਂਦੀ ਹੈ। ਇਹਨੂੰ ਦੇ ਨਾ ਸਿਰਫ ਲਿਖਤਾਂ ਲਿਖੀਆਂ ਗਈਆਂ ਬਲਕਿ ਇਹ ਸੱਸੀ ਪੁੰਨੂ ਦੇ ਕਿਦਾਰਾਂ ਤੇ ਡਰਾਮੇ ਵੀ ਬਣਾਏ ਗਏ ਤੇ ਇਹਦੇ ਉੱਤੇ ਕਈ ਜ਼ਬਾਨਾਂ ਵਿੱਚ ਫਿਲਮਾਂ ਵੀ ਫਿਲਮਾਈਆਂ ਗਿਆ। ਸੂਫੀ ਸ਼ਾਇਰ ਸ਼ਾ ਅਬਦੁੱਲ ਲਤੀਫ ਭਟਾਈ ਨੇ ਹੀ ਸਸੀ ਪੁੰਨੂ ਦੀ ਕਿਸੇ ਕੋ ਆਪਣੀ ਸ਼ਾਇਰੀ ਦਾ ਮੌਜੂ ਬਣਾਇਆ ਸਸੀ ਪੁੰਨੂ ਦੇ ਲਿਖਾਰੀ ਦਾ ਨਾਮ ਹਾਸ਼ਮ ਸ਼ਾਹ ਹ ਉਹਨਾਂ ਨੇ ਨਾ ਸਿਰਫ ਸਸੀ ਪੁੰਨੂ ਲਿਖੀ ਬਲਕਿ ਡੂਬਿਆ ਲੋਕ ਦਾਸਤਾਨਾ ਸ਼ੀਰ ਫਰਹਾਦ ਤੇ ਸੋਹਣੀ ਮਈਵਾਲ ਵੀ ਉਹਨਾਂ ਦੇ ਜਿਹੜਿਆ ਹੀ ਕਹਾਣੀਆਂ ਦਾ ਮੌਜੂ ਹੋਇ ਸਸੀ ਦਾਤਾ ਲੋਕ ਇੱਕ ਵਸਤੀ ਭੁਟਾਵਾਣ ਨਾਲਾ ਭੁਟਾਵਾਂ ਇੱਕ ਪੁਰਾਣੀ ਵਸਤੀ ਹੈ। ਅੱਜ ਇਹ ਇਲਾਕਾ ਰਹੀਮਯਾਰ ਖਾਨ ਕੋ ਨੋ ਕਤਬਾਲੇ ਪਾਸੇ 10 ਮੀਲ ਉੱਤੇ ਮੌਜੂਦ ਹੈ। ਵਾਂ ਦਾ ਮਤਲਬ ਹੈ ਜਾਟਿਕਾਣਾ ਅਤੇ ਭੁਟਾ ਦਾ ਮਤਲਬ ਹੈ ਭਟੀਆਂ ਦਾ ਜਾਟਿਕਾਣਾ। ਇਹ ਵਸਤੀ ਜਿਹੜੀ ਉਹ ਦਰਿਆ ਦੀ ਕੰਧੇ ਉੱਤੇ ਹੈ। ਸੱਸੀ ਦੀ ਈਮ ਜਾਂ ਦੀ ਬਜਾ ਕੋ ਨੋ ਭੁਟਾਵਾਂ ਦੀ ਵਸਤੀ ਮਸ਼ਹੂਰ ਹੈ। ਅੱਜ ਵੀ ਉਤਨੀ ਹੀ ਮਸ਼ਹੂਰ ਹੈ। बुटा वाण में बुट्टावाण बल्कि एक उन सस्सी के नाते बुट्टावाण में चेक भी कदीम तारीखी इमारत भी मौजूद है जीकू लोग सस्सी की माड़ी आते हैं अच्छा असा हम देखते हैं कि सस्सी की सस्सी एक अमीर कबीर बंदे थे जो कि हिंदू हुई उनके घर जमी हिंदुओं का रिवाज मुताबिक उन्होंने रिवाज होते कि उन्होंने घर जो बच्चे जमदन ਤੋ ਆਪਰੇ ਪੰਡਤਾਂ ਕੋ ਸਾਡੇ ਤੇ ਉਦੀ ਜਨਮ ਪਤਰੀ ਕਢਵੈਨ ਯਾਨੀ 올 ਦਾ ਫਿਊਚਰ ਦੇਦਨ ਕਿ ਫਿਊਚਰ ਇਜ਼ ਇਹ ਇਨ ਦਾ ਕੀ ਹੋਸੀ ਉਹਨੇ ਉਹਦਾ ਨਾਮ ਸਸੀ ਰੱਖਿਆ ਹਿੰਦੀ ਜ਼ਬਾਨ ਵਿੱਚ ਸਸ ਤੇ ਸਸਰ ਚੰਦਰ ਕੁਵਾਦ ਹਨ ਇਹ ਲਿਹਾਜ਼ ਨਾਲ ਸਸੀ ਦਾ ਮਤਲਬ ਜਿਹੜਾ ਹੈ ਉਹੀ ਚੰਦਰ ਦਾ ਰੰਗ ਜਿਹੜੇ ਲਈ ਉਹ ਪੰਡਿਤ ਕੋ ਸਲਵਾਇਆ ਗਿਆ ਔਰ ਉਹਨੇ ਉਦੀ ਜਨਮ ਪਤਰੀ ਕਢਹੀ ਤਾਂ ਉਹਨੇ ਵਾਜ਼ੇ ਤੌਰ ਤੇ ਦੱਸ ਦਿੱਤਾ ਜੋ ਸਸੀ ਇੱਕ ਮੁਸਲਮਾਨ ਬਲੋਚ ਦੇ ਇਸ਼ਕ ਦੇ ਵਿੱਚ ਜਿਹੜਾ ਮੁਤਲਾ ਥੀ ਵੇ ਸੀ ਤੇ ਔਰ ਉਹ ਆਪਣੇ ਖਾਨਦਾਨ ਨੂੰ ਛੋੜ ਤੇ ਬਲੋਚਕਲ ਚਲੀ ਵੇ ਸੀ ਅੱਛਾ ਉਹ ਜਿਹੜਾ ਉਹਦੇ ਪਿਓ ਦਾ ਨਾਮ ਬਾਮਣ ਥਾਣੀ ਹਾ ਬਾਮਣ ਥਾਣੀ ਜਿਹੜੇ ਨੇ ਉਹ ਪੰਦੇ ਤੇ ਗਾਹਲੀ ਸੁਣਿਆ ਤਾਂ ਉਹਨੇ ਉਹ ਬੜਾ ਮਾਇੂਸ ਥੀ ਗਿਆ ਔਰ ਉਹਨੇ ਸੋਚਿਆ ਕਿ ਅਗੋਂ ਮੈਂ ਤੇ ਮੈਂ ਆ ਇਤਨੀ ਜ਼ਲਤ ਚਾਵਾ ਕਿ ਮੇਰੀ ਬੇਟੀ ਜਿਹੜੀ ਹੈ ਮੇਰੀ ਧੀ ਜਿਹੜੀ ਉਹ ਮੈਂ ਕੁਝ ਛੋੜਤੇ ਘਰ ਛੋੜਤੇ ਪੁੰਨੋ ਨਾਲ ਜਾਂ ਕਹੀਂ ਵੀ ਬਲੋਚ ਨਾਲ ਚੱਲੀ ਵਜੇ ਤਾਂ ਉਹਨੇ ਇੱਕ ਸੋਚ ਸੋਚੀ ਉਹਨੇ ਕਿਆ ਕੀਤਾ ਉਹਨੇ ਇੱਕ ਘਾੜੂ ਕੋਨੋ ਇੱਕ ਰੰਗੀਲ ਸੰਦੂਕ ਘੜਾਇਆ ਜਿਹਦੇ ਵਿੱਚ ਉਸਸੀ ਦੀ ਸ਼ਾਦੀ ਦੀ ਉਮਰ ਤੈ ਦੇ ਖਰਚੇ ਕਿਤੇ ਧਨ ਦੌਲਤ ਵੀ ਭਰ ਦਿੱਤੀ ਤੇ ਸਸੀ ਕੋ ਹੁੰਦੇ ਵਿੱਚ ਸੁਮਾਰੀਤਾ ਔਰ ਰਾਤ ਨੂੰ ਰਾਤ ਦੇ ਕਈ ਪਹਿਰੇ ਜਵਾਂ ਤੇ ਉਹਨੇ ਕੀ ਕੀਤਾ ਉਹ ਕੋ ਦਰਿਆ ਦੀ ਇੱਕ ਲਹਿਰ ਦੇ ਹਵਾਲੇ ਕਰ ਦਿੱਤਾ ਯਾਨੀ ਉਹ ਕੋ ਨੇ ਦਰਿਆ ਵਿੱਚ ਲੋੜ ਦਿੱਤਾ ਅੱਛਾ ਉਹ ਖੁਦਾ ਦੀ ਕੁਦਰਤ ਇਹ ਹੈ ਕਿ ਉਹ ਸਸੀ ਲੁਰਦੀ ਲੁਰਦੀ ਦਰਿਆ ਦੇ ਲਹਿਰ ਦੇ ਨਾਲ ਲੁਰਦੀ ਹੋਈ ਉਹ ਵਨ ਪਹੁੰਚੀ ਇੱਕ ਐਸੇ ਉਹ ਜ਼ਮਾਨੇ ਵਿੱਚ ਇੱਕ ਧੋਬੀ ਰਾਂਦਾ ਹਾ ਜਿੰਨਾ ਨਾ ਅਤਾ ਹਾ ਉਹ ਵੀ ਇੱਕ ਅਮੀਰ ਆਦਮੀ ਹੈ ਲੇਕਿਨ ਉਹਦੇ ਕੋਲ ਕੋਈ ਚੀਜ਼ ਦੀ ਅਗਰ ਕਮੀ ਹੈ ਤਾਂ ਉਹ ਹੀ ਔਲਾਦ ਔਲਾਦ ਉਹਦੇ ਨਸੀਬ ਵਿੱਚ ਨਾ ਹੈ ਬਾਕੀ ਦੁਨੀਆ ਦੀ ਹਰ ਚੀਜ਼ ਅੱਲਾਹ ਤਾਲਾ ਨੇ ਉਹਨੂੰ ਦਿੱਤੀ ਹੋਈ ਅਤਾ ਦੋ ਬੀਵੀ ਇਵੇਂ ਬੁਟਾਵਾਣ ਕੋ ਨੂੰ ਮੀਲਾ ਪਰੇ ਇੱਕ ਦੀ ਦਰਿਆ ਦੀ ਕੰਢੀ ਉਤੇ ਕਪੜੇ ਧੋਂਦਾ ਖੜਾ ਉਪਰੇ ਕੋ ਨੂੰ ਵੱਡੀ ਭਾਰੀ ਸ਼ਹਿ ਦਰਿਆਈ ਜਾਂਦੀ ਦਿੱਠੀ ਪਹਿਲੇ ਤਾਂ ਉਹ ਨੂੰ ਕੋਈ ਵੱਡੀ ਦਰਿਆਈ ਬਲਾ ਸਮਝਿਆ ਪਰ ਜਿਹੜੇ ਲੇ ਉਹ ਨੇੜੇ ਆਈ ਤਾਂ ਉਹਨੇ ਢਿਠਾ ਕਿ ਉਥੇ ਇੱਕ ਸੰਦੂਕ ਹੈ ਉਹਨੇ ਉਹ ਆਪਣੇ ਕੋਲ ਠੇਲ ਕੀਤਾ ਸੰਦੂਕ ਨੂੰ ਖੋਲਿਆ ਤਾਂ ਉਹਦੇ ਅੰਦਰ ਉਹ ਦੇਖਤੇ ਜਿਹੜਾ ਉਹ ਨਜ਼ਾਰਾ ਉਹਨੇ ਢਿਠਾ ਉਹਨੇ ਅੱਖੀ ਪਟੀ ਰਖੀਆਂ ਉਹਨੇ ਢਿਠਾ ਕਿ ਇੱਕ ਬੱਚੀ ਉਹਦੇ ਸੁੱਤੀ ਹੋਈ ਹੈ ਔਰ ਉਹਦੇ ਆਸ-ਪਾਸ ਉਹ ਜਿਹੜੇ ਜਵਾਰਾਤ ਅਸ਼ਰਫੀਆਂ ਮਤਲਬ ਜੋ ਵੀ ਹੁੰਦੇ ਪਿਓ ਨੇ ਹੁੰਦੇ ਚਪਾਤਰੀ ਤਾਂ ਇਹ ਸਾਰਾ ਕੁਝ ਹੈ ਉਹਨੇ ਇਹ ਗੁੜੇਖਤੇ ਅਰ ਅੱਲਾਹ ਤਾਲਾ ਦਾ ਬਲਕਿ ਇੱਕ ਸ਼ੁਕਰ ਵੀ ਅਦਾ ਕੀਤਾ ਔਰ ਨਾਲ ਉਹਨੇ ਇਹ ਆਖਿਆ ਕਿ ਹੋ ਸਕਦੇ ਇਹ ਮੇਰਾ ਮੇਰੇ ਦੁਆ ਹੀ ਦੇਵਲੋਂ ਅੱਲਾਹ ਤਾਲਾ ਨੇ ਮੇਕੋਂ ਦਾ ਇਨਾਮ ਦਿੱਤਾ ਹੋਵੇ ਉਹ ਜਿਹੜਾ ਹੈ ਉਹਨੇ ਸਸੀ ਨੂੰ ਪਾਲਿਆ ਕੁਝ ਅਰਸਾ ਬਾਅਦ ਅਤਾ ਜਿਹੜਾ ਇਹ ਭੰਬੋਰ ਸ਼ਹਿਰ ਚਲਾ ਗਿਆ ਜਿਹੜਾ ਸੇਮਣ ਦੇ ਲੰਮੇ ਹਲੇ ਪਾਸੋਂ ਦਰਿਆ ਦੀ ਕੰਦੀ ਉਤੇ ਇੱਕ ਆਬਾਦ ਸ਼ਹਿਰ ਆ ਅੱਛਾ ਇਵੇਂ ਹੀ ਸੱਸੀ ਜਿਹੜੀ ਛੋਟੀ ਕੋ ਨੂੰ ਵੱਡੀ ਥੀਦੀ ਗਈ ਔਰ ਉਹਦੇ ਵਾਸਤੇ ਉਹਦੇ ਹਰ ਕਿਸਮ ਦੇ ਲਾਜ ਜਿਹੜੇ ਹਨ ਉਹ ਅਤਾਧੋਬੀ ਨੇ ਪੂਰੇ ਕੀਤੇ ਬਲਕਿ ਉਹਦੇ ਵਾਸਤੇ ਭੰ ਆ ਜਿਹੜਾ ਇਹ ਭੰਬੋਰ ਵਿੱਚ ਸੱਸੀ ਦੇ ਪਿਓ ਨੇ ਉਹ ਸੱਸੀ ਕਿਤੇ ਬਾਗ ਬੂਚੇ ਬੜਵਾਏ ਜਿਨ੍ਹਾਂ ਵਿੱਚ ਐਸ਼ਮਾਨ ਤੇ ਸੱਸੀ ਆਪਣੀ ਜਵਾਨੀ ਦੇ ਚ ਕਦਮ ਰੱਖਿਆ ਹੁਣ ਉਹਦੇ ਕਿਤੇ ਕਈ ਰਿਸ਼ਤੇ ਵੀ ਆਉਣ ਲੱਗ ਗਏ ਲੇਕਿਨ ਸੱਸੀ ਨੇ ਕਹੀਂ ਕੋ ਕਬੂਲ ਨਾ ਕੀਤਾ ਇੱਕ ਰਾਤ ਸੱਸੀ ਸੁੱਤੀ ਹੋਈ ਤੇ ਉਹਨੇ ਆਪਣੇ ਖਾਬ ਵਿੱਚ ਇੱਕ ਬੰਦੇ ਕੋ ਦੇਖਾ ਤੇ ਉਹ ਉਹਦੀ دیਵਾਨੀ ਥੀ ਗਈ ਬਲੋਚਿਸਤਾਨ ਦੇ ਇਲਾਕੇ ਮਕਰਾਨ ਵਿੱਚ ਇੱਕ ਇਲਾਕਾ ਕੇਚ ਹੈ ਕੇਚ ਦੇ ਹਾਕਮ ਜਿਹੜੇ ਆਰੀ ਜਾਮ ਦਾ ਇੱਕ ਪੁੱਤਰ ਪੁੰਨੂ ਹਾ ਆਰੀ ਜਾਮ ਦਾ ਤਾਲੁਕ ਬਲੋਚਾਂ ਦੇ ਹੋਤ ਕਬੀਲੇ ਨਾਲ ਹਾ ਇਹ ਕਬੀਲੇ ਦੀ ਹਕੂਮਤ ਤਿਆਸਤ ਮਕਰਾਨ ਵਿੱਚ ਇੱਕ ਵੇਲੇ ਕਾਇਮ ਹੋਈ ਅਤੇ ਬਲੋਚਿਸਤਾਨ ਦਾ ਸਾਰਾ ਸਮੁੰਦਰੀ ਇਲਾਕਾ ਇਹ ਕਬੀਲੇ ਦੇ ਹੱਥ ਤੇ ਰਹਿ ਗਿਆ ਕੇਜ ਦੇ ਲੋਕ ਜਿਹੜੇ ਹਨ ਤਜਾਰਤ ਵਾਸਤੇ ਭੰਬੋਰ ਆਂਦੇ ਹਨ ਸਸੀ ਉਹਨਾਂ ਨੂੰ ਆਪਣੇ ਮਨ ਦੇ ਕਿਉਂਕਿ ਸਸੀ ਜਿਹੜਾ ਖਾਬ ਦੇਖਾ ਉਹਨੇ ਇਹ ਦੇਖਾ ਕਿ ਕੋਈ ਭੰਬੋਰ ਦਾ ਇੱਕ ਬੰਦਾ ਹੈ ਔਰ ਉਹ ਵਕਫ ਕੋ ਕੁ ਆਪਣਾ ਦਿੱਲੀ ਬੈਠੀ ਹੁਣ ਜਿਵੇਂ ਤਜਾਰਤ ਵਾਸਤੇ ਕੇਜ ਦੇ ਲੋਕ ਭੰਬੋਰ ਆਂਦੇ ਹਨ ਤਾਂ ਉਹ ਸਾਰਾ ਨਕਸ਼ਾ ਉਹਨਾਂ ਨੂੰ ਦੱਸੇ ਹਾ ਇੱਕ ਦਿਨ ਉਹ ਕੋ ਇਹ ਸਾਰਾ ਦੱਖਣ ਖੰਡਾ ਦੱਸਿਆ ਗਿਆ ਤਾਂ ਉਥੋਂ ਦੇ ਲੋਕਾਂ ਨੇ ਆਖਿਆ ਇਹ ਤਾਂ ਪੁੰਨੂ ਨਾਲ ਮਿਲਦਾ ਜੁਲਦਾ ਹੈ ਉਹਨਾਂ ਵਾਂਗ ਤੇ ਪੁੰਨੂ ਕੋ ਦੱਸਿਆ ਕਿ ਇਵੇਂ ਇਵੇਂ ਉਥਾ ਇੱਕ ਸਸੀ ਹੀ ਉਹ ਤੇਰੀ دیਵਾਨੀ ਹੈ ਪੁੰਨੂ ਉਥੋਂ ਜਿਹੜਾ ਹੈ ਬਗੈਰ ਕਹੀ ਕੋ ਦੱਸੇ ਹੋਏ ਉਹ ਚਲਾ ਗਿਆ ਭੰਬੋਰ ਚਲਾ ਗਿਆ ਅੱਛਾ ਉਥਾ ਉਹ ਸਸੀ ਕੋ ਮਿਲਿਆ ਉਹਨਾਂ ਦਾ ਉਹਨਾਂ ਨੇ ਆਪਸੇ ਸ਼ਾਦੀ ਕਰ ਲਈ ਦੀ ਸ਼ਾਦੀ ਦੇ ਬਾਅਦ ਈਥੀਆ ਕੇ ਲੋ ਉਹਦੇ ਤੇ ਸਸੀ ਦੇ ਜਿਹੜੇ ਪੁੰਨੂ ਦੇ ਜਿਹੜੇ ਘਰ ਵਾਲੇ ਹਨ ਉਹਦੇ ਭਿਰਾ ਹਨ ਕਿਉਂਕਿ ਉਹਦਾ ਪਿਓ ਜਿਹੜਾ ਇਹ ਪੁੰਨੂ ਦਾ ਉਹ ਬਿਮਾਰ ਠੀ ਗਿਆ ਉਹਨੋਂ ਦੀ ਜੁਦਾਈ ਵਿੱਚ ਭਿਰਾ ਉਹਨੂੰ ਗੋਲਣ ਵਾਸਤੇ ਆ ਗਏ ਉਹਨਾਂ ਨੇ ਕੀ ਕੀਤਾ ਰਾਤ ਨੂੰ ਸੁੱਤੇ ਹੋਏ ਦੋਹਾਂ ਨੂੰ ਕੋਈ ਅਨਸ਼ਾ ਵਰ ਚੀਜ਼ ਪਿਲਾਈ ਔਰ ਪੁੰਨੂ ਨੂੰ ਘੇਂਤੇ ਵਾਪਸ ਆਪਣੇ ਕੇਜ ਦਵਾ ਗਏ ਸਸੀ ਉੱਟੀ ਤਾਂ ਉਹਨੇ ਡਿਠਾ ਕਿ ਉਥਾ ਕੋਈ ਹੈ ਹੀ ਕਿ ਨਾ ਉਹਨੂੰ ਪਤਾ ਲੱਗ ਗਿਆ ਕਿ ਮੈਂ ਜਿਹੜਾ ਇਹ ਪੁੰਨੋ ਕੋ ਨੂੰ ਜੁਦਾ ਥੀ ਗਈਆਂ ਲੇਕਿਨ ਉਹਨੇ ਇਹ ਸੋਚ ਕੀਤਾ ਕਿ ਮੈਂ ਪੁੰਨੋ ਦੇ ਪਿੱਛੇ ਵੇਸਾ ਸਭ ਨੇ ਉਹ ਕੋ ਸਮਝਾਇਆ ਕਿ ਕੇਚ ਦੇ ਰਸਤੇ ਸੋਨ ਬਾਰੇ ਹਨ ਪਾਣੀ ਕੋਈ ਨਹੀਂ ਰਾਹ ਉਤੇ ਬੰਦਾ ਹੈ ਨਾ ਬੰਦੇ ਦੀ ਜ਼ਾਤ ਹੈ ਲੇਕਿਨ ਸਸੀ ਹੈ ਜਿਹੜੀ ਕਿ ਆਪਣੀ ਜ਼ਿੱਦ ਨਾਲ ਉਥੋਂ ਜਿਹੜੀ ਟੁਰ ਪਈ ਔਰ ਰੇਗਿਸਤਾਨ ਛਗੇ ਦੀ ਟੁਰਦੀ ਰਹੀ ਰੇਗਿਸਤਾਨ ਵਿੱਚ ਆਖਿਰ ਉਹ ਕੋ ਬੁਖ ਤਰੇ ਤੇ ਮੂੰਜ ਮੁਜਾਰੀ ਦੇ ਹੱਥੋਂ ਉਹ ਬੇਵਸੀ ਥੀ ਤੇ ਢਹਿ ਗਈ ਉਹਦੇ ਬਾਅਦ ਉਥੇ ਹੀ ਉਹਦੀ ਜਿਹੜੀ ਮੌਤ ਵਾਕੇ ਥੀ ਗਈ ਇੱਕ ਆ ਜਿਹੜੀ ਹੈ ਉਤੋਂ ਉਹ ਲੰਘਦਾ ਪਿਆ ਉਹਨੇ ਦੇਖਾ ਉਹਨੇ ਕਿਆ ਕੀਤਾ ਸੱਸੀ ਦੀ ਕਬਰ ਬੜਾ ਤੇ ਉਹਦੇ ਉਤੇ ਆਪ ਜਿਹੜਾ ਹੈ ਮੁਜਾਵਰ ਬੜਤੇ ਬਹਿ ਗਿਆ ਉਹ ਸਸੀ ਦੇ ਰੇਗਿਸਤਾਨ ਵਿੱਚ ਸਸੀ ਦਾ ਮਜ਼ਾਰ ਦੇ ਨਿਸ਼ਾਨ ਜਿਹੜੇ ਹਾਲੀ ਵੀ ਉਥਾਂ ਮੌਜੂਦ ਹੈ ਆਖਿਆ ਵਿੰਦੇ ਜੋ ਜਿਹੜੇ ਲੇ ਪਤਾ ਲੱਗਿਆ ਪੁੰਨੂ ਕੋ ਕਿ ਸਸੀ ਮੇਰੀ ਗੋਲ ਵਿੱਚ ਉਥੋਂ ਟੁਰ ਪਈਏ ਤਾਂ ਉਹਨੇ ਵੀ ਕਿਆ ਕੀਤਾ ਆਪਣਾ ਸ਼ਹਿਰ ਛੋੜ ਤੇ ਉਹ ਵੀ ਰੇਗਿਸਤਾਨ ਵਾਲੇ ਪਾਸੇ ਟੁਰ ਪਿਆ ਉਹਦੀ ਹਾਲਤ ਵੀ ਜਿਹੜੇ ਬਿਲਕੁਲ ਗੈਰ ਥੀ ਗਈ ਉਹ ਵੀ ਬਿਲਕੁਲ ਮਰਨ ਤੇ ਆ ਗਿਆ ਤਾਂ ਉਹ ਉਹਨੇ ਢਠਾ ਕੇ ਇੱਕ ਆੜੜੀ ਮੁਜ਼ਾਵਰ ਬਣਤੇ ਕਬਰ ਦੇ ਉੱਤੇ ਬੈਠਾ ਹਾ ਮੁਜ਼ਾਵਰ ਦੱਸਿਆ ਜੋ ਇੱਕ ਤਰੀ ਮਤ ਯਾਨੀ ਇੱਕ ਔਰਤ ਜਿਹੜੀ ਹੀ ਪੁਨੋ ਪੁਨੋ ਆਦੀ ਇੰਬਾਰੇ ਜਿਹੜੀ ਭੁਖੀ ਤੇ ਤ੍ਰਹੀ ਮਰ ਸੁਤੇ ਜਿੰਦੀ ਹੈ ਕਬਰ ਹੈ ਪੁਨੋ ਇਹ ਸੁਣ ਤੇ ਬੇਹਾਲ ਥੀ ਗਿਆ ਔਰ ਉਹਨੇ ਮਤਲਬ ਇੱਕ دیਵਾਨਗੀ ਦੀ ਹਾਲਤ ਹੈ ਜੁਨੇ ਉਹਨੇ ਆਪਣੇ ਇਸ਼ਕੀ ਸਸੀ ਕੋ ਹਕਲਾ ਮਾਰਿਆ ਅਤੇ ਉਹ ਖੁਦਾ ਦੀ ਕੁਦਰਤ ਇਥੇ ਹੀ ਕਿ ਸਸੀ ਦੀ ਕਬਰ ਜਿਹੜੀ ਹੈ ਉਹ ਖੁੱਲੀ ਤੇ ਪੁਨੋ ਦੇ ਵਿੱਚ ਲਹਿ ਗਿਆ ਇਹੀ ਦੋ ਦਿਲਾਂ ਦੇ ਇਸ਼ਕ ਦੇ ਮੁਹੱਬਤ ਦੀ ਇਸ ਦਾਸਤਾਨ ਜਿਹੜੀ ਕੇਰਾਂ ਦੀ ਦੁਨੀਆ ਤਾਈ ਬਾਕੀ ਰਹੀ ਇਹਦੇ ਨਾਲ ਹੀ ਸਾਡਾ ਅੱਜ ਦਾ ਲੈਕਚਰ اختتام پذیر θਿਆ ਨੈਕਸਟ ਲੈਕਚਰ ਦੇ ਨਾਲ ਮਿਲੋ ਇਨਸ਼ਾਅੱਲਾ ਅਲ ਹਾਫਿਜ਼